ਪੰਜਾਬ ਬੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲੈਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਅੰਜ ਅੱਜ ਦੀ ਪਹਿਲੀ ਵੱਡੀ ਖਬਰ ਦੇ ਬਲ ਪੰਚਾਇਤੀ ਚੋਣਾਂ ਦੀਆਂ ਤਿਆਰੀਆਂ ਦਾ ਚੋਣ ਕਮਿਸ਼ਨ ਨੇ ਲਿਆ ਜਾਇਜ਼ਾ 13 ਅਕਤੂਬਰ ਨੂੰ ਚੋਣਾਂ ਹੋਣ ਦੀ ਸੰਭਾਵਨਾ ਪੰਜਾਬ ਦੇ ਵਿੱਚ ਪੰਚਾਇਤ ਚੋਣਾਂ 13 ਅਕਤੂਬਰ ਨੂੰ ਹੋਣ ਦੀ ਸੰਭਾਵਨਾ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਤਿਆਰੀਆਂ ਖੇਚ ਲਿਆ ਹਨ ਰਾਜ ਚੋਣ ਕਮਿਸ਼ਨ ਦੇ ਵੱਲੋਂ ਚੋਣਾਂ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਅੱਜ ਸ਼ਨੀਚਰਵਾਰ ਨੂੰ ਡਿਪਟੀ ਕਮਿਸ਼ਨਰਾਂ ਦੇ ਨਾਲ ਵਰਚੁਅਲ ਮੀਟਿੰਗ ਕੀਤੀ ਜਾਵੇਗੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ 23 ਸਤੰਬਰ ਤੋਂ ਚੋਣ ਜਾਬਤਾ ਲੱਗ ਸਕਦਾ ਹੈ ਪੰਚਾਇਤੀ ਚੋਣਾਂ ਦੇ ਬਗਲ ਦੇ ਨਾਲ ਹੀ ਸਰਪੰਚੀ ਦੇ ਚਾਹਬਾਣਾ ਪੱਪਾਂ ਪਾਰ ਹੋ ਗਿਆ ਨਾ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਆ ਮੁੱਢਲੇ ਪੜਾ ਤੇ ਸਰਪੰਚਾਂ ਦੇ ਰਾਕਮੇ ਕਰਨ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਹਤੇ ਅੱਜ ਸ਼ਨੀਵਾਰ ਤੱਕ ਰਾਕਮੇ ਕਰਨ ਨੂੰ ਲੈ ਕੇ ਨਵੇਂ ਰੋਸਟਰ ਬਣਾਏ ਜਾਣ ਦਾ ਕੰਮ ਮੁਕੰਮਲ ਹੋਣ ਦੀ ਸੰਭਾਵਨਾ ਹੈ ਸਾਬਕਾ ਮੰਤਰੀ ਸਾਧੂ ਸੰਗਾ ਧਰਮਸੂਤ ਨੂੰ ਹਾਈ ਕੋਰਟ ਤੋਂ ਇੱਕ ਵੱਡਾ ਝਟਕਾ ਤੇ ਇੱਕ ਵੱਡੀ ਰਾਹਤ ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸੰਗਾ ਧਰਮਸੂਤ ਨੂੰ ਵੱਡਾ ਝਟਕਾ ਦਿੰਦਿਆਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਜੰਗਲਾਤ ਔਕਟਲ ਦੇ ਮਾਮਲੇ ਦੇ ਵਿੱਚ ਈੜੀ ਦੀ ਗ੍ਰਿਫਤਾਰੀ ਨੂੰ ਜਾਇਜ਼ਾ ਠਹਿਰਾਉਂਦਿਆਂ ਉਹਨਾਂ ਦੇ ਖਿਲਾਫ ਪਾਈ ਪਟੀਸ਼ਨ ਰੱਦ ਕਰ ਦਿੱਤੀ ਹੈ ਇਸ ਦੇ ਨਾਲ ਹੀ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਤਕਨੀਕੀ ਆਧਾਰ ਤੇ ਜ਼ਮਾਨਤ ਦਿੱਤੀ ਗਿਆ ਧਰਮਸੂਤ ਨੇ ਇਨ੍ਹਾਂ ਦੁਮਾ ਮਾਮਲਿਆਂ ਦੇ ਵਿੱਚ ਗ੍ਰਿਫਤਾਰੀ ਨੂੰ ਲੈ ਕੇ ਗੈਰ ਕਾਨੂੰਨੀ ਦਸਦੇ ਹੋਏ ਚੁਣੌਤੀ ਦਿੱਤੀ ਗਈ ਸੀ ਜ਼ਮਾਨਤ ਮਿਲਣ ਦੇ ਬਾਵਜੂਦ ਧਰਮਸੋਧ ਤਾਂ ਜੇਲ੍ਹ ਤੋਂ ਬਾਹਰ ਨਹੀਂ ਆ ਸਕਣਗੇ ਇਹੜੀ ਮਾਮਲੇ ਦੇ ਵਿੱਚ ਉਹਨਾਂ ਦੀ ਹਿਰਾਸਤ ਜਾਰੀ ਰਹੇਗੀ ਪੰਜਾਬ ਵਿਜੀਲੈਂਸ ਨੇ ਪਿਛਲੇ ਸਾਲ 6 ਫਰਵਰੀ ਨੂੰ ਧਰਮਸੋਧ ਦੇ ਵਿਰੁੱਧ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹੰਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਘੰਟਾਲ ਬਟਨ ਨੂੰ ਦਬਕ ਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸੀਐਮ ਆ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਪਹਿਲੀ ਵਾਰ ਹਰਿਆਣਾ ਪਹੁੰਚੇ ਕੇਜਰੀਵਾਲ ਜੱਤ ਨੂੰ ਲੈ ਕੇ ਕੀਤਾ ਵੱਡਾ ਐਲਾਨ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਪਹਿਲੀ ਵਾਰ ਹਰਿਆਣਾ ਦੌਰੇ ਤਹਾਨਾ ਕੇਜਰੀਵਾਲ ਨੇ ਜਗਾਧਰੀ ਜਮਨਾ ਨਗਰ ਦੇ ਵਿੱਚ 1.5 ਕਿਲੋਮੀਟਰ ਦਾ ਰੋਡ ਸ਼ੋਅ ਕੀਤਾ ਰੋਡ ਸ਼ੋਅ ਦੇ ਵਿੱਚ ਸਮਰਥਕਾਂ ਨੂੰ ਕਿਹਾ ਹਰਿਆਣਾ ਦੇ ਵਿੱਚ ਇਸ ਵਾਰ ਜੋ ਵੀ ਸਰਕਾਰ ਬਣੇਗੀ ਉਹ ਆਪ ਤੋਂ ਬਿਨਾ ਨਹੀਂ ਬਣੇਗੀ ਕੇਜਰੀਵਾਲ ਨੇ ਅੱਗੇ ਕਹਿ ਕੇ ਮੈਨੂੰ ਜਿਲ੍ਹ ਦੇ ਵਿੱਚ ਆ ਪਾ ਕੇ ਆਪ ਵਿਧਾਇਕਾਂ ਨੂੰ ਕ੍ਰੀਦਨ ਦੀ ਕੋਸ਼ਿਸ਼ ਕੀਤੀ ਗਈ ਪਰ ਵਿਧਾਇਕ ਦੀ ਗੱਲ ਤਾਂ ਛੱਡੋ ਉਹ ਮੇਰੇ ਕਿਸੇ ਵਰਕਰ ਨੂੰ ਵੀ ਖਰੀਦ ਨਹੀਂ ਸਕੇ ਜੇ ਮੈਂ ਚਾਹੁੰਦਾ ਤਾਂ ਜੇਲ੍ਹ ਤੋਂ ਰਿਹਾ ਹੋ ਕੇ ਦਿੱਲੀ ਦਾ ਮੁੱਖ ਮੰਤਰੀ ਬਣਿਆ ਰਹਿੰਦਾ ਮੈਨੂੰ ਤਾਂ ਹੀ ਵੋਟ ਦਿਓ ਜੇਕਰ ਤੁਸੀਂ ਸੂਚਦੇ ਹੋ ਕਿ ਮੈਂ ਇਮਾਨਦਾਰ ਹਾਂ ਮੈਂ ਉਦੋਂ ਹੀ ਦਿੱਲੀ ਦਾ ਮੁੱਖ ਮੰਤਰੀ ਬਣਾਂਗਾ ਜਦੋਂ ਉਹ ਮੈਨੂੰ ਦੁਬਾਰਾ ਚੁਣਨਗੇ ਅਗਲੀ ਖਬਰ ਹੈ ਪੰਜਾਬ ਦੇ ਵਿੱਚ ਆ 15 ਥਾਮਾਂ ਤੇ ਚੋਣਾਂ ਲਗਾਉਣਾ ਮੁਕੰਮਲ ਹੋਵੇਗਾ ਬੈਣ ਖੇਤੀ ਨੀਤੀ ਦੇ ਵਿੱਚ ਆ ਮਾਨ ਸਰਕਾਰ ਲੈ ਕੇ ਆ ਰਹੀ ਆ ਇਹ ਪ੍ਰਸਤਾਵ ਕਾਂਗਰਸ ਨੇ ਘੇਰੀ ਸਰਕਾਰ ਪੰਜਾਬ ਦੀ ਖੇਤੀਬਾੜੀ ਨੀਤੀ ਦਾ ਖਾੜਾ ਜਨਤਾ ਕਹ ਹੁਣ ਤਬਾਦ ਅਵਰੋਧ ਧਰਦੇ ਆ ਗੋ ਪ੍ਰਤਾਪ ਸਿੰਘ ਬਾਈਬਾ ਨੇ ਵੱਧ ਦਾਰ ਨੂੰ 15 ਬਲਾਕਾਂ ਦੇ ਵਿੱਚ ਝੋਨੇ ਦੀ ਕਾਸ਼ਤ ਤੇ ਪਾਬੰਦੀ ਲਗਾਉਣ ਦੇ ਪ੍ਰਸਤਾਵ ਤੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਜਿੱਥੇ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਦੇ ਨਾਲ ਡੱਗ ਰਿਹਾ ਇਹ ਪਤਾ ਲੱਗਾ ਕਿ ਖੇਤੀਬਾੜੀ ਨੀਤੀ ਦੇ ਖਾੜੇ ਦੇ ਵਿੱਚ ਬਰਨਾਲਾ ਭਗਤਾ ਭਾਈਕਾ ਬਪਾਨੀਗੜ੍ਹ ਜਲੰਧਰ ਪੂਰਬੀ ਅਤੇ ਕਾਜਾ ਹੋਰਾ ਬਲਾਕਾਂ ਦੇ ਵਿੱਚ ਝੂਨੇ ਤੇ ਪਾਬੰਦੀ ਲਗਾਉਣ ਦੇ ਵਕਾਲਤ ਕੀਤੀ ਗਈ ਹੈ। ਇਹਨਾਂ ਖੇਤਰਾਂ ਵਿੱਚ ਕਿਸਾਨਾਂ ਨੂੰ ਕਪਾਹ, ਮੱਕੀ, ਗੰਨਾ, ਸਬਜ਼ੀਆਂ ਤੇ ਬਾਗਾਂ ਵਰਗੀਆਂ ਵਿਕਲਪੀ ਫਸਲਾਂ ਦੀ ਝੂਨਾ ਕਰਨ ਦੇ ਲਈ ਉਤਸ਼ਾਹਿਤ ਕਰਨ ਦੀ ਗੱਲ ਵੀ ਕੀਤੀ ਗਈ ਹੈ। ਬਾਜਪਾ ਨੇ 15 ਬਲਾਕਾਂ ਵਿੱਚ ਝੂਨੇ ਦੇ ਲਵਾਈ ਤੇ ਪਾਬੰਦੀ ਲਾਉਣ ਦੀ ਗੱਲ ਦੇ ਨਖੇਦੇ ਕੀਤਾ ਤੇ ਕਹਿ ਕੇ ਇਹ ਕੋਈ ਪੱਕਾ ਹਾਲੇ ਨਹੀਂ ਹੈ ਸੀਨਰ ਕਾਂਗਰਸ ਯਾਗੂ ਬਾਈ ਬਣ ਕੇ ਕੇ ਫਸਲੀ ਵਿਭਿੰਨਤਾ ਤਾਂ ਹੀ ਸੰਭਵ ਹੈ ਜੇਕਰ ਕਿਸਾਨਾਂ ਨੂੰ ਬਦਲੀਆਂ ਫਸਲਾਂ ਤੇ ਯਕੀਨੀ ਮੁੱਲ ਦਿੱਤੇ ਜਾਣ ਵਿਕਲਪੀ ਫਸਲਾਂ ਤੇ ਘੱਟੋ ਘੱਟ ਸਮਰਥਨ ਮੁੱਲ ਐਮ ਐਸ ਪੀ ਦੀ ਗਰੰਟੀ ਤੋਂ ਬਿਨਾ ਕਿਸਾਨਾਂ ਨੂੰ ਵਿਕਲਪੀ ਫਸਲ ਦੇ ਵੱਲ ਜਾਣ ਦੇ ਲਈ ਪ੍ਰੇਰਿਤ ਕਰਨਾ ਵਾਜਬ ਨਹੀਂ ਹੋਵੇਗਾ ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਵੱਡੀ ਰਾਹਤ ਐਨਜੀਟੀ ਦੇ 1000 ਕਰੋੜ ਰੁਪਏ ਜਮ੍ਹਾਂ ਕਰਵਾਉਣ ਦੇ ਹੁਕਮ ਤੇ ਲਈ ਰੋਕ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲਿਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਐਨਜੀਟੀ ਨੇ ਕੁਝ ਮਹੀਨੇ ਪਹਿਲਾਂ ਪੰਜਾਬ ਸਰਕਾਰ ਤੇ 1000 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ ਸੀ ਜਿਸ ਤੇ ਹੁਣ ਸੁਪਰੀਮ ਕੋਰਟ ਨੇ ਰੋਕ ਕਲ ਘਰ ਤੇ ਦਰਅਸਲ ਐਨਜੀਟੀ ਨੇ ਇਹ ਜੁਰਮਾਨਾ ਪੰਜਾਬ ਸਰਕਾਰ ਤੇ ਪੁਰਾਣੇ ਕੂੜੇ ਅਤੇ ਸੀਵਰੇਜ ਦੇ ਨਿਕਾਸੀ ਦੇ ਪ੍ਰਬੰਧਨ ਤੇ ਠੋਸ ਕਦਮਾਂ ਨਾ ਚੁੱਕਣ ਤੇ ਲਗਾਇਆ ਗਿਆ ਸੀ ਵੱਡੀ ਖਬਰ ਹੈ ਗਵਰਨਰ ਬਣੇਗੀ ਮਹਾਰਾਣੀ ਪਰਨੀਤ ਕੌਰ ਮਹਾਰਾਣੀ ਪਰਨੀਤ ਕੌਰ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਦੇ ਨਾਲ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਕੇਂਦਰ ਦੇ ਪਾਇਪਾਸ ਸਰਕਾਰ ਦੇ ਵੱਲੋਂ ਮਹਾਰਾਣੀ ਪਰਨੀਤ ਕੌਰ ਨੂੰ ਕਿਸੇ ਸੂਬੇ ਦਾ ਗਵਰਨਰ ਲਗਾਇਆ ਜਾ ਸਕਦਾ ਹੈ ਦਰਅਸਲ ਪਹਿਲਾ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਗਵਰਨਰ ਬਣਾਏ ਜਾਣ ਦੀ ਤਿਆਰੀ ਸੰਬੰਧੀ ਵੀ ਕਾਫੀ ਖਬਰਾਂ ਵਾਇਰਲ ਹੋਈਆਂ ਸੀ ਪਰ ਕਿਹਾ ਜਾ ਰਿਹਾ ਕਿ ਉਸ ਸਮੇਂ ਕੈਪਟਨ ਅਮਰਿੰਦਰ ਸਿੰਘਾ ਬਿਮਾਰ ਹੋ ਗਏ ਸੀ ਪਰ ਹੁਣ ਸੂਤਰਾਂ ਦੇ ਹਵਾਲੇ ਦੇ ਨਾਲ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਮਹਾਰਾਣੀ ਪ੍ਰਨੀਤ ਕੌਰ ਨੂੰ ਕਿਸੇ ਸੁਬੇਦਾਰ ਰਾਏਪਾਲ ਬਣਾਇਆ ਜਾ ਸਕਦਾ ਹੈ ਜਦੋਂ ਇਹ ਸਬੰਧ ਮਹਾਰਾਣੀ ਪ੍ਰਨੀਤ ਕੌਰ ਦੇ ਕਰੀਬੀ ਅਤੇ ਭਾਈਪਾ ਦੇ ਬੁਲਾਰੇ ਤਰਤਪਾਲ ਸੰਘਾ ਬਲੀਆਬਾਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਖਿਆ ਕਿ ਇਹ ਸਿਰਫ ਅਫਵਾਹਾਂ ਨੇ ਉਹਨਾਂ ਦੇ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ ਹੈ ਹਾਲਾਂਕਿ ਉਹਨਾਂ ਇਹ ਗੱਲ ਵੀ ਆਖਿਆ ਕਿ ਤੁਹਾਡੇ ਮੂੰਹ ਦੇ ਵਿੱਚ ਕੀ ਸ਼ੱਕ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਮਹਾਰਾਣੀ ਪ੍ਰਨੀਤ ਕੌਰ ਹਰ ਜ਼ਿੰਮੇਵਾਰੀ ਨੂੰ ਵਾਕੂਬੀ ਨਿਭਾਉਣ ਦੇ ਲਈ ਤਿਆਰ ਹੈ ਗੁਰਪਤਵੰਤ ਪੰਨੂ ਦੇ ਖਿਲਾਫ ਐਨਆਈਏ ਦੀ ਵੱਡੀ ਕਾਰਵਾਈ ਪੰਜਾਬ ਦੇ ਵਿੱਚ ਚਾਰ ਥਾਵਾਂ ਤੋਂ ਮਲੇ ਡਿਜੀਟਲ ਡਿਵਾਈਸ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਨੇ ਸ਼ੁੱਕਰਵਾਰ ਯਾਨੀ ਕਿ ਕੱਲ 20 ਸਤੰਬਰ ਨੂੰ ਖਾਲਸਤਾਨੀ ਅੱਤਵਾਦੀ ਗੁਰਪਤਵੰਤ ਅਸੰਘਾ ਪੰਨੂ ਅਤੇ ਉਸਦੀ ਪਬੰਦੀशुदा ਜੱਤਵੰਦੀ ਸਖਪੁਰ ਜਹਾਟਸ ਦੇ ਨਾਲ ਜੁੜੇ ਚਾਰ ਟਿਕਾਣਿਆਂ ਤੇ ਛਾਪੇਮਾਰੀ ਕੀਤੀ NIA ਦੀਆਂ ਟੀਮਾਂ ਨੇ ਮੁਗੱਦ ਵਿੱਚ ਇੱਕ ਆਹਾਤੇ ਉਠੰਡਾ ਦੇ ਵਿੱਚ ਦੋ ਟਿਕਾਣਿਆਂ ਤੇ ਮਹੱਲੇ ਦੇ ਵਿੱਚ ਇੱਕ ਆਹਾਤੇ ਨੂੰ ਨਿਸ਼ਾਨਾ ਬਣਾਇਆ ਜੋ ਮਾਮਲੇ ਦੇ ਵਿੱਚ ਸ਼ਾਮਲ ਸ਼ੱਕੀ ਵਿਅਕਤੀਆਂ ਦੇ ਨਾਲ ਜੁੜੇ ਹੋਏ ਸਨ ਜਾਂਚ ਏਜੰਸੀ ਨੇ ਇਥੋਂ ਡਿਜੀਟਲ ਡਿਵਾਈਸਾਂ ਸਮੇਤ ਕਈ ਅਤਰਾਜਯੋਗ ਵਸਤੂਆਂ ਬਰਾਮਦ ਕੀਤੀਆਂ ਜਿਨ੍ਹਾਂ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ। ਇਹਨਾਂ ਮਾਮਲੇ ਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ 17 ਨਵੰਬਰ 2023 ਨੂੰ NIA ਨੇ ਧਮਕੀ ਭਰੇ ਵੀਡੀਓ ਸੰਦੇਸ਼ ਜਾਰੀ ਕਰਨ ਦੇ ਲਈ ਭਾਰਤੀ ਦੰਡਾ ਵਾਲੀ IPC ਦੀ ਧਾਰਾ 120B 153A ਅਤੇ 506 ਦੇ ਤਹਿਤ ਨਾਲ ਨਾਲ ਗੈਰ ਕਾਨੂੰਨੀ ਗਤੀਵਿਧੀਆਂ ਰੋਕੋ ਐਕਟ ਯੂਪੀਏ 1967 ਦੀ ਧਾਰਾ 10 ਦੇ ਤਹਿਤ ਕੇਸ ਦਰਜ ਕੀਤਾ ਸੀ 에어 ਇੰਡੀਆ ਦੇ ਯਾਤਰੀਆਂ ਤੇ ਧਾਰਾ 13 16 17 18 18B ਅਤੇ 20 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਸਖ ਜੱਥਵੰਨਿਆਂ ਤੋਂ ਮੰਗੇ ਮਾਫੀ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਸਿੱਖ ਜੱਥੇਬੰਦੀਆਂ ਤੋਂ ਮਾਫੀ ਮੰਗੀ ਗੁਰਦਾਸ ਮਾਨ ਨੇ ਕਹਿ ਕੇ ਜੇਕਰ ਮੇਰੇ ਭਾਸ਼ਣ ਦੇ ਨਾਲ ਕਿਸੇ ਦੇ ਮਨ ਨੂੰ ठेस ਪਹੁੰਚਿਆ ਤਾਂ ਮੈਂ ਕੰਨ ਫੜ ਕੇ ਦੋ ਮੇ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਦੱਸ ਦੇ ਇੱਕ ਗੁਰਦਾਸ ਮਾਨ ਦੋ ਵਾਰ ਵਿਵਾਦਾਂ ਦੇ ਵਿੱਚ ਆ ਚੁੱਕੇ ਹਨ ਇੱਕ ਵਾਰ ਵਿਦੇਸ਼ ਦੌਰੇ ਦੇ ਦੌਰਾਨ ਮਾਨ ਨੇ ਸ਼ੂਦੇ ਵਿੱਚ ਪਰਦਰਸ਼ਨ ਕਰੇ ਕੁਝ ਨੌਂ ਬੰਦੇ ਦੇ ਪ੍ਰਤੀ ਆਪੇ ਸ਼ਬਦ ਬੋਲੇ ਸਨ ਇਸ ਤੋਂ ਪਹਿਲਾਂ ਪੰਜਾਬੀ ਮਾਂ ਬੋਲੇ ਬਾਰੇ ਗੁਰਦਾਸ ਮਾਨ ਨੇ ਕਿਹਾ ਸੀ ਕਿ ਪਹਿਲਾਂ ਹਿੰਦੀ ਫਿਰ ਪੰਜਾਬੀ ਇਸ ਤੋਂ ਬਾਅਦ ਗੁਰਦਾਸ ਮਾਨ ਨੇ ਨਕੋਦਰ ਦੇ ਡੇਰਾ ਬਾਬਾ ਮੁਰਾਦ ਸ਼ਾ ਮਲੇ ਦੇ ਵਿੱਚ ਸਟੇਟ ਬੋਲਦਿਆਂ ਕਿਹਾ ਸੀ ਕਿ ਸਾਈ ਲਾਡੀ ਸ਼ਾ ਸਿੱਖਾਂ ਦੇ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਵੰਸ਼ ਦੇ ਵਿੱਚ ਹਨ ਜਦੋਂ ਇਸ ਦੀ ਵੀਡੀਓ ਵਾਇਰਲ ਹੋਈ ਤਾਂ ਸਿੱਖ ਜੱਥੇਬੰਦੀਆਂ ਭੜਕ ਗਈਆਂ ਉਹਨਾਂ ਨਕੋਦਰ ਪੁਲਿਸ ਸਟੇਸ਼ਨ ਅਤੇ ਜਲੰਧਰ ਦੇ ਹਾਤੀ ਦੇ ਐਸਐਸਪੀ ਦਫ਼ਤਰ ਦੇ ਅੱਗੇ ਤਿੰਨ ਦਿਨਾਂ ਤੱਕ ਧਰਨਾ ਦਿੱਤਾ। ਮਾਮਲਾ ਦਰਜਾ ਨਾ ਹੋਣ ਤੇ ਜੱਥੇਬੰਗਾਂ ਨੇ ਹਾਈਵੇ ਜਾਮ ਕਰ ਦਿੱਤਾ। ਪੁਲਿਸ ਨੇ ਮਾਨ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਮਾਮਲਾ ਦਰਜ ਕੀਤਾ ਹੈ। ਵਬਾਦ ਤੋਂ ਬਾਅਦ ਮਾਨਿਆਕ ਨੇ ਵੀਡੀਓ ਜਾਰੀ ਕਰਕੇ ਮਾਫੀ ਵੀ ਮੰਗਿਆ। ਫੇਸਬੁੱਕ ਤੇ ਸ਼ੇਅਰ ਕੀਤੀ ਵੀਡੀਓ ਦੇ ਵਿੱਚ ਗਰਦਾਸ ਮਾਨ ਨੇ ਕਿਹਾ, "ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਜੇਕਰ ਅਜਿਹਾ ਹੋਇਆ ਤਾਂ ਮੈਂ" ਹੱਥ ਜੋੜ ਕੇ ਮਾਫੀ ਮੰਗਦਾ ਹਾਂ ਕੇਂਦਰੀ ਮੰਤਰੀ ਰਵਨੀਤਾ ਬਿੱਟੂ ਦੀ ਮੌਤ ਦੀ ਫ਼ਰਜੀ ਖਬਰ ਵਾਇਰਲ ਤਾਂ ਦੋਸਤੋਂ ਵੱਡੀ ਖਬਰ ਆ ਚੁੱਕੀ ਹੈ ਸੋਸ਼ਲ ਮੀਡੀਆ ਤੇ ਭਾਈ ਭਾਗੂਆ ਤੇ ਕੇਂਦਰੀ ਰਾਜ ਮੰਤਰੀ ਰਵਨੀਤਾ ਸੰਘਾ ਬਿੱਟੂ ਦੇ ਨਾਮ ਤੱਕ ਪੋਸਟਾਂ ਵਾਇਰਲ ਹੋ ਰਹੀਆਂ ਦਾਵਾ ਕੀਤਾ ਜਾ ਰਿਹਾ ਕਿ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਚੁਣੇ ਗਏ ਰਵਨੀਤਾ ਸੰਘਾ ਬਿੱਟੂ ਦੀ ਸੜਕ ਹਾਰਸ ਦੇ ਵਾਦ ਚ ਮੌਤ ਹੋ ਗਿਆ ਪੋਸਟ ਤੇ ਪੂਰ ਪੰਜਾਬ ਟੀਵੀ ਦਾ ਲੋਗੋ ਲੱਗਿਆ ਹੋਇਆ ਹੈ ਬੇਸ਼ਬਾਸ਼ ਨਿਊਜ਼ ਅੱਜ ਦੀ ਜਾਂਚ ਦੇ ਵਿੱਚ ਵਾਇਰਲ ਦਾਵਾ ਫਰਜੀ ਪਾਇਆ ਗਿਆ ਰਵਨੀਤਾ ਬਿੱਟੂ ਸਹੀ ਸਲਾਮਤਾਨਾ ਪ੍ਰੂਪ ਪੰਜਾਬ ਟੀਵੀ ਦੇ ਹਵਾਲੇ ਤੋਂ ਵਾਇਰਲ ਕੀਤੀ ਜਾ ਰਹੀ ਪੋਸਟ ਐਡੀਟਡ ਹੈ ਸੋਸ਼ਲ ਮੀਡੀਆ ਤੇ ਲੋਕ ਗਲਤ ਪੋਸਟ ਨੂੰ ਸਾਂਝਾ ਕਰਿਆਨ ਕੀਆ ਵਾਇਰਲ ਪੋਸਟ ਵਿੱਚ ਫੇਸਬੁੱਕ ਯੂਜ਼ਰ ਡਾਕਟਰ ਕਮਲਜੀਤ ਸੰਘਨੇ 2 ਪੀ ਅਗਸਤ ਨੂੰ ਇਹ ਪੋਸਟ ਸ਼ੇਅਰ ਕੀਤੀ ਪੋਸਟ ਦੇ ਉੱਤੇ ਲਿਖਿਆ ਹੋਇਆ ਹੈ ਬ੍ਰੇਕਿੰਗ ਨਿਊਜ਼ਾ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਚੁਣੇ ਗਏ ਰਵਨੀਤ ਸਿੰਘ ਬਿੱਟੂ ਦੀ ਸ਼ਾਰਕ ਹਰਸਰ ਬੈਚ ਚ ਹੋਈ ਮੌਤ ਰਾਜਸਥਾਨ ਤੋਂ ਵਾਪਸ ਆ ਰਹੇ ਸਨ ਰਵਨੀਤ ਬਿੱਟੂ ਟਰੱਕ ਨੇ ਮਾਰੀ ਟੱਕਰ ਹੋਈ ਮੌਤ ਜਦੋਂ ਐਸਾ ਬਾਇਰਲਾ ਪੋਸਟ ਨੂੰ ਪੜਤਾਲਿਆ ਗਿਆ ਤਾਂ ਜਾਂਚ ਦੇ ਵਿੱਚ ਇਹ ਖਬਰ ਫਰਜੀ ਪਾਈ ਗਈ